ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਪੰਜਾਬ 'ਚ ਕੈਪਟਨ ਸਰਕਾਰ ਦੀ ਪੁਲਿਸ ਆਏ ਦਿਨ ਆਪਣੇ ਕਾਰਨਾਮਿਆਂ ਨੂੰ ਲੈ ਕੇ ਵਿਵਾਦਾਂ 'ਚ ਬਣੀ ਰਹਿੰਦੀ ਹੈ। ਪਿਛਲੇ ਦਿਨੀ ਡੇਰਾ ਬੱਸੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ 'ਚ ਇੱਕ ਕੈਦੀ ਪੁਲਿਸ ਕਸਟਡੀ ਤੋਂ ਫਰਾਰ ਹੋ ਗਿਆ ਸੀ ਅਤੇ ਜਦੋਂ ਦੁਬਾਰਾ ਫੜਿਆ ਗਿਆ ਸੀ ਤਾਂ ਉਸਨੇ ਕਿਹਾ ਸੀ ਕਿ ਉਹ ਜੇਲ੍ਹ ਨਹੀਂ ਜਾਣਾ ਚਾਹੁੰਦਾ ਕਿਉਂਕਿ ਪੁਲਿਸ ਉਸਦੇ ਗੁਪਤ ਅੰਗਾਂ 'ਤੇ ਕਰੰਟ ਲਗਾਉਂਦੀ ਹੈ। ਹੁਣ ਇੱਕ ਵਾਰ ਫਿਰ ਇੱਕ ਮਾਮਲਾ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਨੇ ਪੁਲਿਸ 'ਤੇ ਦੋਸ਼ ਲਗਾਏ ਹਨ ਕਿ ਪੁਲਿਸ ਨੇ ਜੇਲ੍ਹ 'ਚ ਉਹਨਾਂ ਦੇ ਲੜਕੇ ਨੂੰ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੀੜਤ ਪਰਿਵਾਰ ਨੇ ਉਸਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਗਾਈ। ਅਸੀਂ ਗੱਡੀ 'ਤੇ ਬਹਾਤਾ, ਉੱਥੇ ਜਾ ਕੇ ਜੱਜ ਨੇ ਉਹਨੂੰ ਕਸਟਡੀ 'ਚ ਲੈ ਲਿਆ। ਉਹਦੀ ਹਾਲਤ ਵੇਖ ਕੇ ਨਹੀਂ ਛੱਡਿਆ ਕਿ ਇੰਨਾ ਸੁੱਜਿਆ ਫੁੱਲਿਆ ਪਿਆ ਹੈ ਬੰਦਾ, ਇਹ ਇੰਨਾ ਬੇਹਾਲ ਹੋਇਆ ਪਿਆ ਹੈ, ਇਹਦੀ ਕੰਡੀਸ਼ਨ ਇੰਨੀ ਖਰਾਬ ਹੋਈ ਪਈ ਹੈ ਕਿ ਅਸੀਂ ਇਹਨੂੰ ਇਹਦੇ 'ਤੇ ਰਹਿਮ ਕਰੀਏ। ਜੱਜ ਨੇ ਕੋਈ ਰਹਿਮ ਨਹੀਂ ਕੀਤਾ, ਜੱਜ ਨੇ ਕੋਈ ਵੀ ਉਹਦੇ ਨਰਮ ਨਾਈ ਤਾਈ ਦੇ ਨਾਲ ਕੋਈ ਗੱਲ ਨਹੀਂ ਕੀਤੀ। ਉਹਨੂੰ ਕਸਟਡੀ 'ਚ ਖਿਲਾਰ ਲਿਆ ਕਿ ਤੁਸੀਂ ਜਾਓ, ਇਹਨੂੰ ਹੁਣ ਜੇਲ੍ਹ ਭੇਜਣਾ ਹੈ। ਜੇਲ੍ਹ 5-4 ਦਿਨ ਰਿਹਾ, ਫਿਰ ਉਹਨਾਂ ਨੇ ਫਰੀਦਕੋਟ ਕਰ ਇੱਥੇ ਲੈ ਕੇ ਆਏ। ਫਿਰ ਜਦੋਂ ਬਹੁਤ ਜ਼ਿਆਦਾ ਹੋ ਗਿਆ, ਪੈਰ ਐਡੇ ਐਡੇ ਹੋ ਗਏ, ਮੂੰਹ ਐਡਾ ਹੋ ਗਿਆ, ਹੱਥ ਪੈਰ ਸਾਰੇ ਸੁੱਜ ਕੇ, ਫਿਰ ਇੱਥੇ ਭੇਜਿਆ। ਇਹਨਾਂ ਨੇ ਕਿਹਾ ਸੀ ਤਾਂ ਫਰੀਦਕੋਟ ਭੇਜਿਆ ਸੀ ਇਹਨੂੰ, ਤੁਸੀਂ ਫਿਰ ਇੱਥੇ ਲੈ ਆਏ ਜੀ। ਫਿਰ ਫਰੀਦਕੋਟ ਹਫ਼ਤਾ ਕੁ ਰੱਖਿਆ ਉਹਨਾਂ ਨੇ ਫਿਰ ਉੱਥੇ ਇਲਾਜ ਲੂਜ ਕੀਤਾ ਉਹਨਾਂ ਦਾ, ਟ੍ਰੀਟਮੈਂਟ ਸਾਰਾ ਜੀ ਉਹਨਾਂ ਨੇ ਟੀਕੇ ਲਾਏ, ਸਾਰੀ ਸੋਜ ਇੱਕੇ ਦਿਨ 'ਚ ਖਤਮ ਕਰਤੀ। ਸਾਰੀ ਰਾਤ ਅਤੇ ਸਾਰਾ ਦਿਨ ਮੇਰਾ ਪੁੱਤ ਬਾਥਰੂਮ ਕਰਕੇ ਬੌਂਦਲ ਗਿਆ। ਉੱਥੇ ਮੁਲਾਜ਼ਮ ਵੀ ਹੈਗੇ ਸੀਗੇ, ਉਹ ਮੁੰਡੇ ਬੜੇ ਚੰਗੇ ਸੀਗੇ, ਉਹਨਾਂ ਨੇ ਰੋਟੀ ਵੀ ਖਵਾਉਣੀ, ਚਾਹ ਪਾਣੀ ਵੀ ਪਿਆਵਣਾ, ਦਵਾਈ ਵੀ ਸਾਰਾ ਕੁਛ ਉਹੀ ਲਿਆਉਂਦੇ ਸੀਗੇ। ਹੁਣ ਜਿਹੜਾ ਡੈਥ ਹੋ ਗਈ, ਉਹ ਕਿਸ ਨੂੰ ਜ਼ਿੰਮੇਵਾਰ ਸਮਝਾਉਂਦੇ? ਹੁਣ ਡੈਥ ਇਹਨਾਂ ਨੇ ਜਿਸ ਤਰ੍ਹਾਂ ਹੋਈ ਹੈ ਨਾ, ਸਾਨੂੰ ਦੱਸਿਆ ਨਹੀਂ ਦਾ। ਅਸੀਂ ਮੁਲਾਕਾਤ ਕਰਕੇ ਆਏ ਹਾਂ ਬੁੱਧਵਾਰ, ਉਦੋਂ ਮੇਰਾ ਪੁੱਤਰ ਠੀਕ ਠਾਕ ਸੀਗਾ ਬਿਲਕੁਲ ਹੀ। ਮੈਨੂੰ ਕਹਿੰਦਾ ਮੈਂ ਬਿਲਕੁਲ ਠੀਕ ਹਾਂ ਮੰਮੀ, ਮੈਨੂੰ ਕਮਜ਼ੋਰੀ ਹੈ, ਮੈਂ ਠੀਕ ਹਾਂ, ਪਰ ਮੈਂ ਠੀਕ ਹਾਂ। ਪਰ ਸਾਨੂੰ ਇਹਨਾਂ ਨੇ ਦੱਸਿਆ ਨਹੀਂ ਕਿ ਬੰਦਾ ਇੰਨਾ ਸੀਰੀਅਸ ਹੋ ਗਿਆ, ਇਹਨੂੰ ਲੈ ਜਾਓ ਤੁਸੀਂ ਜਾਂ ਇਹਨੂੰ ਅਸੀਂ ਦਾਖਲ ਕਰਾ ਦਈਏ। ਤੁਸੀਂ ਜ਼ਿੰਮੇਵਾਰ ਕਿੰਨਾ ਸਮਝਿਆ? ਜ਼ਿੰਮੇਵਾਰ ਅਸੀਂ ਮੁਲਾਜ਼ਮਾਂ ਨੂੰ ਜਿਹੜੇ ਜੇਲ੍ਹ ਵਾਲੇ ਨੇ, ਇਹਨਾਂ ਕੁੱਟਮਾਰ ਕੀਤੀ, ਗੌਰਮੈਂਟ ਜੇਲ੍ਹ ਵਾਲਾ ਮੁੰਡਾ ਲਾਜ ਕਰਾਇਆ। ਉਹ ਜਿਹੜਾ ਸੁਖਚੈਨ ਹੈ ਮੇਰੇ ਸਾਹਮਣੇ ਮੇਰੇ ਭਰਾ ਨੂੰ ਕਹਿੰਦਾ ਤੈਨੂੰ ਮੈਂ ਹੁਣ ਮਾਰ ਕੇ ਬਾਹਰ ਕੱਢਣਾ, ਐਵੇਂ ਤੈਨੂੰ ਮੈਂ ਕਹਿੰਦਾ ਬਾਹਰ ਨਹੀਂ ਕੱਢਣਾ। ਇਹ ਮੇਰੇ ਸਾਹਮਣੇ ਉਹਨੇ ਕਿਹਾ ਸੁਖਚੈਨ ਨੇ। ਉਹ ਕੌਣ ਹੈ ਜਿਹੜਾ ਫੜ ਕੇ ਲੈ ਗਿਆ? ਕੀ ਨਾਮ ਹੈ? ਸੁਖਚੈਨ ਮੁਲਾਜ਼ਮ ਹੈ ਜਿਹੜਾ, ਮੁਲਾਜ਼ਮ ਪੁਲਿਸ ਮੁਲਾਜ਼ਮ ਵੱਡਾ ਹੈ। ਹਾਂਜੀ, ਫਿਰ ਜੇਲ੍ਹ 'ਚ ਕਰ ਦਿੱਤਾ ਉਹਨੂੰ, ਫਿਰ ਅਸੀਂ ਉਹਦੀ ਜ਼ਮਾਨਤ ਕਰਾਈ। ਮਤਲਬ ਨਸ਼ਾ ਨੁਸ਼ਾ ਤਾਂ ਉਹ ਕੁਛ ਕਰਦਾ ਨਹੀਂ ਸੀ, ਐਵੇਂ ਇਹਨਾਂ ਨੇ ਕਹਿ ਦਿੱਤਾ ਇਹ ਨਸ਼ਾ ਕਰ, ਨਸ਼ਾ ਇਹਦੇ ਤੋਂ ਇੰਨਾ ਫਰੀਜਿਆ, ਚਿੱਟਾ ਫਰੀਜਿਆ, 300 ਗ੍ਰਾਮ ਪਾਊਡਰ ਫਰੀਜਿਆ। ਪਾਊਡਰ ਦੱਸਣ ਤਾਂ ਅਸੀਂ, ਪਾਊਡਰ ਹੁੰਦਾ ਕੀ ਹੈ? ਕੀ ਕਹਿਣਾ ਚਾਹੁੰਦੇ? ਸਾਫ਼ ਮਿਲਣਾ ਚਾਹੀਦਾ ਪੂਰਾ। ਦੋ ਉਹਨਾਂ ਦੇ ਬੱਚੇ, ਅਸੀਂ ਉਹਨਾਂ ਨੂੰ ਕਿਵੇਂ ਸੰਭਾਲਾਂਗੇ? ਇਹਨਾਂ ਨੇ ਤਾਂ ਕੁੱਟ ਮਾਰ ਕੇ ਉਹਦੀ ਇੱਦਾਂ ਹਾਲਤ ਕਰਕੇ ਮਾਰ ਕੇ ਉਹਨੂੰ ਸੱਟ ਕੇ, ਅਤੇ ਸਾਨੂੰ ਖਬਰ ਤੱਕ ਵੀ ਨਹੀਂ ਦਿੱਤੀ ਹੈਗੀ ਵੀ ਸਾਨੂੰ ਪਤਾ ਚੱਲ ਜਾਵੇ ਅਸੀਂ ਉਹਦੇ ਨਾਲ। ਕਿੱਥੋਂ ਲੈ ਕੇ ਆਏ ਸੀ ਇਹਨਾਂ ਨੂੰ? ਇਹਨਾਂ ਨੂੰ ਜੇਲ੍ਹ 'ਚੋਂ ਹੀ ਲੈ ਕੇ ਆਏ, ਸਾਨੂੰ ਦੱਸਿਆ ਵੀ ਨਹੀਂ ਵੀ ਇੱਥੇ ਅਸੀਂ ਲੈ ਕੇ ਆਏ ਹਾਂ। ਹੁਣ ਕੀ ਮੰਗ ਕਰਦੇ? ਅਸੀਂ ਇਹੀ ਮੰਗ ਕਰਦੇ ਹਾਂ ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਇਹਨਾਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ। ਤੁਹਾਡਾ ਕੀ ਕਹਿਣਾ? ਪੁਲਿਸ ਨੇ ਕੁੱਟ ਕੇ ਮਾਰਿਆ? ਹਾਂਜੀ ਪੁਲਿਸ ਨੇ। ਉਧਰ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਗੋਲਮੋਲ ਦਿੰਦੇ ਹੋਏ ਆਪਣਾ ਪੱਲਾ ਝਾੜ ਲਿਆ ਅਤੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖ ਦਿੱਤੀ। ਸਾਨੂੰ ਪੱਤਰ ਮਿਲਿਆ ਸੀਗਾ, ਇਹ ਥਾਣੇ ਮਸੂਲ ਹੋਇਆ ਜੋ ਬਿਮਾਰ ਰਹਿੰਦਾ ਸੀ, ਬਿਮਾਰ ਰਹਿਣ ਕਰਕੇ ਇਲਾਜ ਦੌਰਾਨ ਦੀ ਮੌਤ ਹੋਈ ਹੈ, ਜੋ ਡੈਡ ਬੋਡੀ ਸਿਵਲ ਹਸਪਤਾਲ ਠੀਕ ਹੈ, ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ। ਕਿਹੜੇ ਕੇਸ ਦੇ ਵਿੱਚ? ਮਤਲਬ ਕਿ NDPS ਐਕਟ ਦੇ ਕੇਸ ਦੇ ਅੰਦਰ ਸੀ। ਸਰ ਘਰ ਵਾਲਿਆਂ ਦਾ ਆਰੋਪ ਹੈ ਵੀ ਮਤਲਬ ਕਿ ਕੁੱਟਮਾਰ ਕਰਕੇ ਜਾਂ ਕਿਸੇ ਲੱਗਦਾ ਇਹ ਹੋਇਆ ਹੈ? ਸਰ ਜੇਲ੍ਹ ਦੇ ਅੰਦਰ ਬੰਦ ਹੈ, ਇਸ ਬਾਰੇ ਕੋਈ ਅਜੇ ਇਨਫੋਰਮੇਸ਼ਨ ਨਹੀਂ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ TV, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।